ਰੋਡ ਜਿਹੜਾ ਇੰਨੀ ਕਪੈਸਿਟੀ ਨਹੀਂ ਚੱਲ ਸਕਦਾ, ਉਹਦੇ ਕਰਕੇ ਰੋਡ ਸਾਡਾ ਥਾਂ ਥਾਂ ਤੋਂ ਟੁੱਟ ਗਿਆ। ਬਹੁਤ ਹੈਵੀ ਗੱਡੀਆਂ ਜਿਹੜੀਆਂ ਵਾ ਸਾਡੇ ਰੋਡ ਤੋਂ ਨਿਕਲਦੀਆਂ, ਇੱਥੇ ਜਿਹੜੀਆਂ ਵਾ ਕਪੈਸਿਟੀ ਜਿਹੜੀ ਆ ਰੋਡ ਦੀ ਘੱਟ ਹੈ। ਵੀ ਇਹਨਾਂ ਨੇ ਕਦੀ ਗੱਡੀਆਂ ਦੇ ਉੱਤੇ ਕਦੀ ਤਰਪਾਲ ਨਹੀਂ ਪਾਈ, ਕੋਈ ਕੁਛ ਨਹੀਂ। ਜਦੋਂ ਮੋਟਰਸਾਈਕਲ ਵਾਲੇ ਵੀ ਸਾਡੇ ਪਿੱਛੇ ਜਾਂਦੇ ਆ, ਉਹਨਾਂ ਦੇ ਇੰਨੀ ਡਸਟ ਉੱਡਦੀ ਆ, ਜਿੰਨਾ ਘੱਟਾ ਮਿੱਟੀ ਉੱਡਦਾ ਉਹਨਾਂ ਦੀਆਂ ਅੱਖਾਂ 'ਚ ਪੈਂਦਾ, ਐਕਸੀਡੈਂਟ ਦਾ ਕਾਰਨ ਬਣਦਾ। ਸਪੀਡ ਬਹੁਤ ਜ਼ਿਆਦਾ ਪਿੰਡਾਂ ਦੇ ਵਿੱਚੋਂ, ਜਿੱਥੇ ਕਿ ਲਿਮਿਟ ਜਿਹੜੀ ਆ 20-25 ਦੀ ਸਪੀਡ ਦੀ ਲਿਮਿਟ ਚਾਹੀਦੀ ਆ ਪਿੰਡਾਂ ਦੇ ਵਿੱਚੋਂ, ਉਸ ਹਿਸਾਬ ਨਾਲ ਇਹ ਘੱਟੋ ਘੱਟ 60-70 ਦੀ ਸਪੀਡ 'ਤੇ ਜਾਂਦੇ ਆ। ਇੱਕ ਗੱਡੀ ਘੱਟੋ ਘੱਟ 12-13 ਟਨ ਗੱਡੀ ਖਾਲੀਦਾ ਵਜਨ ਆ, 13 ਸੈਕੜੇ ਮਾਲ ਆ, 13-54 ਟਨ ਵਜਨ ਉਹ ਬੰਦਾ ਜੀ, 64-65 ਟਨ ਵਜਨ ਲੱਗ ਜਿਹੜੀ ਗੱਡੀ ਰੋਡ ਉੱਪਰ ਚੱਲੇਗੀ, ਰੋਡ ਦਾ ਬਣੇਗਾ ਜੀ। ਇਹ ਨੈਸ਼ਨਲ ਹਾਈਵੇ ਹੈ ਜੀ। ਸਮੱਸਿਆ ਅੱਜ ਅਸੀਂ ਇਕੱਠੇ ਹੋਏ ਹਾਂ, ਆਹ ਜਿਹੜੀਆਂ ਗੱਡੀਆਂ ਜਿਹੜੀਆਂ ਮੈਂ ਬਹੁਤ ਹੈਵੀ ਗੱਡੀਆਂ ਜਿਹੜੀਆਂ ਮੈਂ ਸਾਡੇ ਰੋਡ ਤੋਂ ਨਿਕਲਦੀਆਂ, ਇੱਥੇ ਜਿਹੜੀਆਂ ਮੈਂ ਕਪੈਸਿਟੀ ਜਿਹੜੀ ਆ ਰੋਡ ਦੀ ਘੱਟ ਹੈ। ਇਹ ਜਦੋਂ ਬਣਿਆ ਇਹ ਰੋਡ, ਉਸ ਕਪੈਸਿਟੀ ਦਾ ਨਹੀਂ ਬਣਿਆ ਵੀ ਜਿਹੜੀਆਂ ਐਡੀਆਂ ਐਡੀਆਂ ਹੈਵੀਆਂ ਗੱਡੀਆਂ ਇੱਧਰੋਂ ਜਿਹੜੀਆਂ ਨਿਕਲਣ। ਇਹ ਰੋਜ਼ ਦੀ ਸਮੱਸਿਆ ਵਾ, ਮਿੱਟੀ ਦੀਆਂ ਭਰੀਆਂ, 30-32 ਟਨ ਮਾਲ ਜਾਂਦਾ ਇੱਥੋਂ। ਸੜਕ ਹੱਡੀ ਪਹਿਲਾਂ ਹੀ ਟੁੱਟ ਗਈ ਹੈ ਅਤੇ ਇੰਨੀਆਂ ਵੱਡਾ ਇੰਨਾ ਲੋਡ ਚੱਲਦਾ ਇੱਥੇ ਇਹ ਰੋਡ ਦੇ ਉੱਤੇ, ਅਤੇ ਤਾਂ ਕਰਕੇ ਜਿਹੜਾ ਇਹਦਾ ਨਾ ਰੋਡ ਜਿਹੜਾ ਇੰਨੀ ਕਪੈਸਿਟੀ ਨਹੀਂ ਚੱਲ ਸਕਦਾ, ਅਤੇ ਉਹਦੇ ਕਰਕੇ ਰੋਡ ਸਾਡਾ ਥਾਂ ਥਾਂ ਤੋਂ ਟੁੱਟ ਗਿਆ। ਦੂਸਰੀ ਗੱਲ ਇਹ ਵੀ ਇਹਨਾਂ ਨੇ ਕਦੀ ਗੱਡੀਆਂ ਦੇ ਉੱਤੇ ਕਦੀ ਤਰਪਾਲ ਨਹੀਂ ਪਾਈ, ਕੋਈ ਕੁਛ ਨਹੀਂ। ਜਦੋਂ ਮੋਟਰਸਾਈਕਲ ਵਾਲੇ ਵੀਰ ਸਾਡੇ ਪਿੱਛੇ ਜਾਂਦੇ ਆ ਉਹਨਾਂ ਦੇ, ਅਤੇ ਉਹ ਤੋਂ ਬਾਅਦ ਜਿੰਨੀ ਡਸਟ ਉੱਡਦੀ ਆ, ਜਿੰਨਾ ਘੱਟਾ ਮਿੱਟੀ ਉੱਡਦਾ ਉਹਨਾਂ ਦੀਆਂ ਅੱਖਾਂ 'ਚ ਪੈਂਦਾ, ਐਕਸੀਡੈਂਟ ਦਾ ਕਾਰਨ ਬਣਦਾ। ਨਾ ਇਹ ਇੱਟਾਂ ਵਾਲੇ ਜਿਹੜੇ ਆਉਂਦੀਆਂ ਗੱਡੀਆਂ ਜਿਹੜੀਆਂ ਕੁਛ ਭੱਠਿਆਂ ਤੋਂ ਇੱਟਾਂ ਭਰ ਕੇ ਜਾਂਦੀਆਂ ਵਾ, ਇੰਨੀ ਕੁ ਸਪੀਡ 'ਤੇ ਚੱਲਦੀਆਂ ਵਾ ਕਿ ਉਹਨਾਂ ਨੇ ਨਾ ਕਦੀ ਕਿਸੇ ਨੂੰ ਸਾਈਡ ਦੇਣੀ ਹੈ, ਅਤੇ ਨਾ ਉਹਨਾਂ ਨੇ ਵੀ ਕਵਰ ਕਦੇ ਕੀਤੀ ਹੁੰਦੀ ਉੱਥੋਂ ਤਰਪਾਲ ਨਾਲ। ਸਪੀਡ ਬਹੁਤ ਜ਼ਿਆਦਾ ਪਿੰਡਾਂ ਦੇ ਵਿੱਚੋਂ, ਜਿੱਥੇ ਕਿ ਲਿਮਿਟ ਜਿਹੜੀ ਆ 20-25 ਦੀ ਸਪੀਡ ਦੀ ਲਿਮਿਟ ਚਾਹੀਦੀ ਆ ਪਿੰਡਾਂ ਦੇ ਵਿੱਚੋਂ, ਉਸ ਹਿਸਾਬ ਨਾਲ ਇਹ ਘੱਟੋ ਘੱਟ 60-70 ਦੀ ਸਪੀਡ 'ਤੇ ਜਾਂਦੇ ਆ, ਨਾ ਕਿਸੇ ਨੂੰ ਸਾਈਡ ਮਿਲਦੀ ਹੈ। ਅਤੇ ਸਪੀਕਰ ਜਿਹੜੇ ਆ ਤੁਸੀਂ ਦੇਖ ਲਿਓ ਆਉਂਦੇ ਜਾਂਦੇ, ਕੋਈ ਵੀ ਦੇਖ ਸਕਦਾ। ਜਿਹੜੇ ਆ ਟਰੈਕਟਰਾਂ ਦੇ ਜਾਂ ਗੱਡੀਆਂ ਦੇ ਅੰਦਰ ਵੀ ਇਹਨਾਂ ਨੇ ਸਪੀਕਰ ਲਾਏ ਆ, ਬੜੇ ਬੜੇ ਵੱਡੇ ਸਪੀਕਰ ਹੈ, ਅਤੇ ਗਾਣੇ ਜਿਹੜੇ ਆ ਅਸ਼ਲੀਲ ਗਾਣੇ ਲਾ ਕੇ ਵੀ ਤੁਰਦੇ ਆ ਇੱਧਰੋਂ, ਅਤੇ ਜਿਹੜੇ ਕਿ ਪਿੰਡਾਂ ਵਾਲੇ ਲਾਗੇ ਸਾਗੇ ਜਿਹੜੀ ਆ ਸਾਰਿਆਂ ਨੂੰ ਡਿਸਟਰਬੈਂਸ ਹੈ। ਜੇ ਪਿੱਛੋਂ ਕੋਈ ਹਾਰਨ ਮਾਰੇ ਉਹ ਨਹੀਂ ਸੁਣਦਾ ਇਹਨਾਂ ਨੂੰ, ਇਹ ਆਪਣੇ ਬਸ ਆਪਣੇ ਧੁਨ ਦੇ ਵਿੱਚ ਇਹ ਤੁਰੇ ਰਹਿੰਦੇ ਆ। ਸਾਰਾ ਦਿਨ ਦਾ ਇਹਨਾਂ ਦਾ ਕੰਮ ਹੈ, ਸਵੇਰੇ 3 ਵਜੇ ਸ਼ੁਰੂ ਹੋ ਜਾਂਦੀਆਂ ਗੱਡੀਆਂ, 3 ਵਜੇ ਤੋਂ ਰੱਖ ਕੇ ਅਤੇ ਰਾਤ ਦੇ 1 ਵਜੇ ਤੱਕ ਚੱਲਦੀਆਂ। ਸਵੇਰੇ 2 ਘੰਟੇ ਪਿੰਡ ਵਾਲਿਆਂ ਨੂੰ ਰੈਸਟ ਮਿਲਦੀ ਹੈ, ਅਤੇ 3 ਵਜੇ ਫਿਰ ਸ਼ੁਰੂ ਕਰ ਦਿੰਦੇ ਆ। ਨਾ ਇੱਧਰ ਕੋਈ ਇਹੋ ਜਿਹਾ ਕੋਈ ਸਾਡਾ ਪ੍ਰਸ਼ਾਸਨ ਨੂੰ ਅਸੀਂ ਇੰਨੀ ਵਾਰ ਬੇਨਤੀ ਕੀਤੀ ਹੈ, ਕਿਸੇ ਨੇ ਸੁਣਵਾਈ ਨਹੀਂ ਕੀਤੀ, ਇਸ ਕਰਕੇ ਅੱਜ ਇਕੱਠ ਕਰਕੇ ਅਤੇ ਆਹ ਗੱਡੀਆਂ ਰੋਕੀਆਂ ਗਈਆਂ ਵਾ, ਅਤੇ ਤਾਂ ਕਿ ਅਸੀਂ ਕਿਹਾ ਵੀ ਸਾਡੀ ਆਵਾਜ਼ ਜਿਹੜੀ ਆ ਪ੍ਰਸ਼ਾਸਨ ਤੱਕ ਪਹੁੰਚ ਸਕੇ। ਜੀ ਹੁਣ ਤਾਂ ਅੱਜ ਤਾਂ ਪਤਾ ਨਹੀਂ ਸਾਨੂੰ ਕਿੱਧਰੋਂ ਆਈਆਂ, ਇਹ ਆਉਂਦੀਆਂ ਗਰੋਟੇ ਵਾਲੀ ਸਾਈਡ ਤੋਂ ਭਰ ਕੇ ਲਿਆਉਂਦੇ ਆ, ਅਤੇ ਅੱਗੇ ਪਤਾ ਨਹੀਂ ਕਿੱਧਰ ਜਾਂਦੀਆਂ ਇਹਦਾ ਨਹੀਂ। ਗੱਡੀਆਂ ਦਾ ਮਸਲਾ ਇਹ ਆ ਜੀ, ਗੱਡੀ ਦੀ ਕਪੈਸਿਟੀ ਹੈਗੀ ਹੈ ਇਸ ਰੋਡ ਦੇ ਉੱਪਰ ਚੱਲਣ ਦੀ, ਵੱਧ ਤੋਂ ਵੱਧ 9 ਟਨ 10 ਟਨ। ਬੇਸਿਕਲੀ ਇਹ ਗੱਡੀਆਂ ਜਿਹੜੀਆਂ 18 ਟਾਇਰੇ ਟਰਾਲੇ, 14 ਟਾਇਰੇ ਟਰਾਲੇ, ਵੱਡੀਆਂ ਟਿੱਪਰਾਂ ਵਾ। ਹਾਈਵੇ ਦਾ ਕੋਈ ਅੱਗੇ ਕੰਮ ਚੱਲ ਰਿਹਾ ਸਾਨੂੰ ਨਹੀਂ ਵੈਸੇ ਪਤਾ, ਪਰ ਕਹਿੰਦੇ ਕਿ ਨੈਸ਼ਨਲ ਹਾਈਵੇ ਦਾ ਕੰਮ ਚੱਲ ਰਿਹਾ, ਉਹਦੇ ਵਾਸਤੇ ਮਿੱਟੀ ਗਰੋਟੇ ਤੋਂ ਲੋਡ ਕਰਕੇ ਲੈ ਕੇ ਜਾ ਰਹੇ ਆ। ਜਿਹੜੀਆਂ ਗੌਰਮੈਂਟ ਦੀਆਂ ਕੰਡੀਸ਼ਨਾਂ ਹੈਗੀਆਂ ਉਹਦੇ ਅਨੁਸਾਰ ਕੋਈ ਵੀ ਮਸਲਾ ਇੱਥੇ ਹੱਲ ਨਹੀਂ ਗਿਆ ਹੈਗਾ। ਪਹਿਲੀ ਗੱਲ ਤਾਂ ਇਹ ਕਿ ਓਵਰਆਲ ਇੱਥੇ ਤੁਸੀਂ ਰੋਡ ਪਹਿਲਾਂ ਸਾਡਾ ਰੋਡ ਜਿਹੜਾ ਟੁੱਟਾ ਦਾ ਇੰਦਰ ਪੈਲਸ ਲਾਗੇ ਉਹਦਾ ਡਿਸਪਿਊਟ ਰਿਹਾ, ਪ੍ਰਸ਼ਾਸਨ ਅਤੇ ਮਾਲਕਾਂ ਦਾ ਮਸਲਾ ਸੀਗਾ, ਪਿੰਡਾਂ ਵਾਲਿਆਂ ਨੂੰ ਉਹਦੇ ਬਾਰੇ ਭੁਗਤਣਾ ਪਿਆ ਸਾਰਾ। ਚਲੋ ਉਹਨੂੰ ਛੱਡੋ, ਜਦੋਂ ਵੀ ਬਣੇਗਾ ਉਹਦੇ ਬਾਅਦ ਜਿਹੜਾ ਬਣਿਆ ਦਾ ਰੋਡ ਆ ਲਗਭਗ ਟੁੱਟਣ ਦੀ ਕਗਾਰ 'ਤੇ ਆ ਜੀ। ਦਰੰਕਾਰੀ ਭਵਨ ਲਾਗੇ ਜਾ ਕੇ ਦੇਖ ਲਓ, ਉੱਥੇ ਲਾ ਕੇ ਛੋਟੇ ਛੋਟੇ ਟੋਏ ਪੈ ਗਏ ਦੇ ਆ, ਜਿੱਦਾਂ ਦੀ ਬਾਰਿਸ਼ ਅੱਜ ਪੈ ਰਹੀ ਹੈ ਮੇਰੇ ਹਿਸਾਬ ਨਾਲ ਜਸਟ 1 ਜਾਂ 2 ਦਿਨ ਹੋਰ ਚੱਲੀਆਂ ਤਾਂ ਰੋਡ ਸਾਰਾ ਟੁੱਟ ਜਾਏਗਾ। ਇਸ ਕਰਕੇ ਅਸੀਂ ਇਹ ਪ੍ਰਸ਼ਾਸਨ ਦੇ ਅੱਖਾਂ ਦੇ ਵਿੱਚ ਗੱਲ ਲਿਆਉਣੀ ਚਾਹੁੰਦੇ ਹਾਂ, ਕਿਰਪਾ ਕਰਕੇ ਪ੍ਰਸ਼ਾਸਨ ਦਾ ਫਰਜ਼ ਬਣਦਾ, ਜਿਹੜੇ ਮੌਕੇ ਦੇ ਉੱਪਰ ਅਧਿਕਾਰੀ ਆ ਉਹ ਆ ਕੇ ਦੇਖਣ ਕਿ ਵਾਕਈ ਗੱਲ ਸਹੀ ਹੈ, ਜੇ ਸਹੀ ਹੈ ਤਾਂ ਫਿਰ ਅਸੀਂ ਗਲਤ ਹਾਂ, ਜੇ ਨਹੀਂ ਤਾਂ ਫਿਰ ਇਹਦਾ ਕੋਈ ਮਸਲਾ ਹੱਲ ਕਰਨ। ਅੰਡਰਲੋਡ ਸਪੀਡ ਲਿਮਿਟ ਅਤੇ ਜਿਹੜੇ ਉਹਦੀਆਂ ਕੰਸਟ੍ਰਕਸ਼ਨਸ ਹੈਗੀਆਂ ਉੱਤੋਂ ਢੱਕਣ ਦੇ ਵਾਸਤੇ,
ਉਹ ਸਾਰਾ ਮਸਲਾ ਹਰ ਕੇ ਰੋਡ ਦੇ ਉੱਪਰ ਗੱਡੀਆਂ ਚੱਲਣਾ, ਅਸੀਂ ਨਹੀਂ ਕਹਿੰਦੇ ਨਾ ਚੱਲਣ, ਪਰ ਜਿਹੜਾ ਅਸੂਲ ਆ ਉਸ ਹਿਸਾਬ ਨਾਲ ਇੱਕ ਗੱਡੀ ਘੱਟੋ ਘੱਟ 12-13 ਟਨ ਗੱਡੀ ਖਾਲੀ ਦਾ ਵਜਨ ਆ, 13 ਸੈਕੜੇ ਮਾਲ ਆ, 13-54 ਟਨ ਵਜਨ ਉਹ ਬੰਦਾ ਜੀ, 64-65 ਟਨ ਵਜਨ ਲੱਗ ਜਿਹੜੀ ਗੱਡੀ ਰੋਡ ਉੱਪਰ ਚੱਲੇਗੀ, ਰੋਡ ਦਾ ਕੀ ਬਣੇਗਾ ਜੀ? ਇਹ ਨੈਸ਼ਨਲ ਹਾਈਵੇ ਤਾਂ ਹੈ ਨੀਗਾ ਜੀ। ਪਹਿਲਾਂ ਵੀ ਪਿੰਡ ਦੇ ਵਿੱਚ ਇੰਨੇ ਕਰਵ ਨੇ, ਛੋਟੇ ਛੋਟੇ ਇਹੋ ਜਿਹੇ ਮੋੜ ਆ ਕੇ ਆ ਰਹੇ, ਰੱਬ ਦਾ ਨਾਂ, ਛੋਟੇ ਛੋਟੇ ਬੱਚੇ ਖੇਡਦੇ ਆ ਮੋਟਰਸਾਈਕਲ, ਬੱਚੇ ਆ ਰਹੇ ਆ ਜਾ ਰਹੇ ਆ, ਕੋਈ ਨੁਕਸਾਨ ਹੋ ਗਿਆ ਜ਼ਿੰਮੇਵਾਰ ਕੌਣ ਹੋਏਗਾ ਜੀ? ਇਸ ਕਰਕੇ ਪ੍ਰਸ਼ਾਸਨ ਅੱਗੇ ਬੇਨਤੀ ਆ ਕਿ ਜਿਹੜਾ ਵੀ ਆ ਮਸਲਾ ਹੱਲ ਕੀਤਾ ਜਾਵੇ, ਪ੍ਰਸ਼ਾਸਨ ਮੌਕੇ ਉੱਤੇ ਆ ਕੇ ਵੇਖੇ ਗੱਡੀਆਂ ਰੁਕਣ ਦਾ ਸਾਡਾ ਕਾਰਨ ਕੀ ਆ, ਸਾਡੀ ਸੁਣਵਾਈ ਕੀਤੀ ਜਾਵੇ। ਲਗਭਗ 22-23 ਪਿੰਡ ਪੈਂਦੇ ਆ ਇਸ ਬੈਲਟ, ਗਰੋਟੇ ਤੋਂ ਲੈ ਕੇ ਧੀਰੇ ਤੱਕ ਜੀ। ਰੋਡ ਦੇ ਹਾਲਾਤ ਤੁਸੀਂ ਆਪ ਪ੍ਰੈਸ ਵਾਲੇ ਹੋ, ਇੱਕ ਵਾਰੀ ਇਹ ਵੇਖ ਕੇ ਜਾਇਓ, ਪ੍ਰਸ਼ਾਸਨ ਦੀਆਂ ਨਜ਼ਰਾਂ ਦੇ ਵਿੱਚ ਲੈ ਕੇ ਆਇਓ ਸਾਰਾ ਕੰਮ, ਕੀ ਹਾਲਾਤ ਆ, ਕਿੱਦਾਂ ਹੋਣਾ ਚਾਹੀਦਾ ਜੀ? ਅੱਜ ਸਾਰੇ ਪਿੰਡ ਨੇ ਇਕੱਠ ਕੀਤਾ, ਇਕੱਠ ਇਸ ਕਰਕੇ ਕੀਤਾ ਕਿ ਇੱਥੋਂ ਹੈਵੀ ਗੱਡੀਆਂ ਟਰਾਲੀਆਂ ਨਿਕਲਦੀਆਂ ਨੇ। ਇੱਥੇ ਇੱਕ ਵਾਰ ਸਾਡੇ ਪਿੰਡ ਦਾ ਹਤਾਸਾ ਐਕਸੀਡੈਂਟ ਕਰ ਦਿੱਤਾ ਗਿਆ, ਸਾਡੀ ਕੋਈ ਸੁਣਾਈ ਨਹੀਂ ਕਿਸੇ ਨੇ ਕੀਤੀ, ਬੰਦਾ ਮਰ ਗਿਆ। ਹੁਣ ਵੀ ਛੋਟੇ ਛੋਟੇ ਬੱਚਿਆਂ ਨਾਲ ਕਈ ਵਾਰੀ ਐਕਸੀਡੈਂਟ ਹੋਣ ਦੀ ਖਾਤਰ, ਐਕਸੀਡੈਂਟ ਕਰਨ ਦੀ ਖਾਤਰ ਹੁੰਦੇ ਹਨ, ਸਪੀਡ ਜਾਂਦੀ ਹੈ, ਬੱਚਿਆਂ ਨੂੰ ਪਤਾ ਨਹੀਂ ਲੱਗਦਾ, ਮਿੱਟੀ ਇੰਨੀ ਕੁ ਹੈਵੀ ਹੈ ਕਿ ਸਾਡੇ ਅੰਦਰ ਇੰਨੀ ਕੁ ਧੂੜ ਜੰਮ ਜਾਂਦੀ ਹੈ, ਇਹ ਨਾ ਤਾਂ ਕੋਈ ਪਾਣੀ ਛਿੜਕਦਾ ਨਾ ਕੋਈ ਕੰਮ ਕਰਦਾ, ਸਪੀਕਰਾਂ ਦੀ ਆਵਾਜ਼ ਇੰਨੀ ਹੈ ਕਿ ਸਾਡੇ ਕੰਨ ਬੋਲੇ ਹੋ ਜਾਂਦੇ ਆ, ਅਸੀਂ ਵੀ ਨੂੰਹਾਂ ਧੀ ਵਾਲਿਆ ਗੰਦੇ ਗਾਣੇ ਲਾਏ ਹੁੰਦੇ ਨੇ। ਪ੍ਰਸ਼ਾਸਨ ਇਹਨਾਂ 'ਤੇ ਕਾਨੂੰਨੀ ਕਾਰਵਾਈ ਕਰੇ, ਅਸੀਂ ਗੱਡੀਆਂ ਨਹੀਂ ਜਾਣ ਦੇਣੀਆਂ ਜਦ ਤੱਕ ਕੋਈ ਇੱਥੇ ਸਹੀ ਤਰੀਕੇ ਨਾਲ ਇਹਨਾਂ ਨੂੰ ਬੰਦ ਨਹੀਂ ਕਰਾਉਂਦਾ।